ਸਾਡੇ ਕੋਲ ਕੋਈ ਸਪੋਰਟਿਵ ਵਹੀਕਲ ਨਹੀਂ ਸੀ ਅਸੀਂ ਦੋਨੋਂ ਸਾਈਕਲ ਚੱਕੇ ਸਾਡੇ ਕੋਲ 30-30 ਪਲੱਸ ਵੇਟ ਸੀਗਾ ਦੋਨਾਂ ਦੇ ਕੋਲ ਦੋਨਾਂ ਦੇ ਕੋਲ ਸਾਈਕਲਾਂ ਦੇ 60 ਕਿਲੋ ਵੇਟ ਹੋ ਗਿਆ ਪਹਾੜੀਆਂ ਵੀ ਆਈਆਂ ਉਹ ਵੀ ਚੜੀਆਂ ਸੱਚੀ ਗੱਲ ਐਵੇਂ ਹੋਈ ਮੈਨੂੰ ਬਾਈ ਦਾ ਫੋਨ ਆਇਆ ਤੇ ਮੈਨੂੰ ਕਹਿੰਦੇ ਬਾਈ ਅਸੀਂ ਨਾ ਕਪਲ ਵਲੌਗਿੰਗ ਕਰਦੇ ਆ ਮੈਂ ਕਿਹਾ ਲੈ ਹੋ ਗਿਆ ਬੇੜਾ ਮੈਂ ਤੁਹਾਡੀ ਨਾ ਵੀਡੀਓ ਦੇਖੀਆਂ ਜਦੋਂ ਉਹ ਬੀਬੀਆਂ ਫੁੱਲ ਲੈ ਕੇ ਖੜੀਆਂ ਨੇ ਲੋਕ ਸਰੋਪੇ ਲੈ ਕੇ ਉਡੀਕਦੇ ਨੇ ਤੇ ਉਹ ਲੋਕਾਂ ਨੂੰ ਪਤਾ ਕਿੱਦਾਂ ਹੁੰਦਾ ਸੀਗਾ ਇਹਨਾਂ ਨੇ ਸਾਡੇ ਪਿੰਡਾਂ ਕੋਲੋਂ ਸਾਡੇ ਘਰਾਂ ਕੋਲੋਂ ਲੰਘਣਾ ਆ ਚੈਨਲ ਹੈ ਕਿੰਗ ਐਂਡ ਕੁਈਨ ਵਲੌਗਸ ਉੱਤੇ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਤੇ ਉਹਦੇ ਥੱਲੇ ਨੰਬਰ ਆਪਾਂ ਲਿਖਿਆ ਸਾਨੂੰ ਕੋਈ ਵੀ ਫੋਨ ਕਰਦਾ ਅਸੀਂ ਚੱਕੀ ਦਾ ਹਰੇਕ ਦਾ ਫੋਨ ਕਿਉਂਕਿ ਅਗਲਾ ਸਾਨੂੰ 20 ਮਿੰਟ ਦੇ ਰਿਹਾ ਅਸੀਂ ਉਹਨੂੰ ਨੀ ਦੇ ਸਕਦੇ ਸਾਨੂੰ ਉਹਨੇ ਮਹੀਨੇ ਬਾਅਦ ਕਿਤੇ ਫੋਨ ਕਰਨਾ ਤੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਅੱਜ ਇੱਥੇ ਆ ਗਿਆ ਕਿਉਂਕਿ ਵਲੌਗ ਪੈਂਦੇ ਸੀਗੇ ਤੇ ਉਹ ਫੋਨ ਕਰਕੇ ਕਹਿੰਦੇ ਸੀ ਸਾਡੇ ਘਰ ਵੀ ਰੁਕ ਕੇ ਜਾਇਓ ਜਾਂ ਸਾਡੇ ਆਇਓ ਇੱਥੇ ਮਿਲ ਕੇ ਜਾਇਓ ਸਾਨੂੰ ਤੇ ਫਿਰ ਬੀਬੀਆਂ ਨੇ ਸਾਡਾ ਲੁਧਿਆਣੇ ਦੇ ਕੋਲ ਸੀਗੀ ਉਹਨਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ ਸਾਨੂੰ ਫੋਟੋ ਦਿੱਤੀ ਬਹੁਤ ਸੋਹਣੀ ਹੁੰਦੀ ਲੜਾਈ ਦਾ ਤੁਰੇ ਜਾਂਦੇ ਵੀ ਰੋਡ ਦੇ ਬੰਦਾ ਕਰੇ ਲੈਂਦਾ ਸਹੀ ਹੁੰਦਾ ਸੀ ਇਹਨੂੰ ਖਿੱਚ ਲਾ ਖਿੱਚ ਲਾ ਇਹਦਾ ਗੇਅਰ ਇੱਥੇ ਬਦਲ ਲਾ ਕਿਉਂਕਿ ਮੈਨੂੰ ਪਹਿਲਾਂ ਗੇਅਰਾਂ ਬਾਰੇ ਇੰਨਾ ਨਹੀਂ ਸੀ ਪਤਾ ਉਹਨੂੰ ਸਿੱਖਣ ਦੇ ਵਿੱਚ ਕਾਫੀ ਟਾਈਮ ਲੱਗਦਾ ਹੈ ਪਲੇਨ ਰੋਡ ਤੇ ਚਲਾਉਣਾ ਆ ਪਲੇਨ ਤੇ ਉਹਦਾ ਕੰਬੀਨੇਸ਼ਨ ਹੋਰ ਹੋਣਾ ਤੁਸੀਂ ਚੜਾਈ ਚੜਨੀ ਉਹਦਾ ਕੰਬੀਨੇਸ਼ਨ ਗੇਅਰਾਂ ਦਾ ਹੋਰ ਹੋਣਾ ਰਾਜਸਥਾਨ ਚ ਐਂਟਰ ਹੋਏ ਨਾ ਉਹਨਾਂ ਨੂੰ ਹਲੇ ਇੰਨਾ ਨਹੀਂ ਪਤਾ ਹੈਗਾ ਥੋੜੇ ਪਿਛੜਾ ਹੋ ਜਾਂਦਾ ਆ ਏਰੀਆ ਉਹਨਾਂ ਨੂੰ ਨਹੀਂ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਪਾਣੀ ਦੀ ਬੋਟਲ ਰੱਖੀ ਹੁੰਦੀ ਸੀ ਉਹਨਾਂ ਨੇ ਇਹ ਕਹਿਣਾ ਬੈਟਰੀ ਤੇ ਉਹ ਪਾਣੀ ਦੀ ਬੋਤਲ ਨੂੰ ਬੈਟਰੀ ਦੱਸ ਦਿੰਦੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਹੋਏ ਆ ਜਾਂ ਕਹਿ ਦਈਏ ਤੁਰਦੇ ਪਏ ਆ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਪਿੰਡ ਆ ਜੀ ਕੌਲਥਮ ਤੇ ਅੱਜ ਜਿਹੜੀ ਆਪਾਂ ਤੁਹਾਨੂੰ ਸਟੋਰੀ ਸੁਣਾਉਣ ਜਾ ਰਹੇ ਹਾਂ ਦਿਖਾਉਣ ਜਾ ਰਹੇ ਹਾਂ ਐਕਸਪੀਰੀਅੰਸ ਕਰਾਉਣ ਜਾ ਰਹੇ ਹਾਂ ਇਹ ਕਹਿ ਦਈਏ ਕਿ ਇੱਕ ਨਹੀਂ ਦੋ ਸਟੋਰੀਆਂ ਨੇ ਇੱਕ ਇੱਦਾਂ ਦਾ ਵੀਰ ਜਿਹੜਾ ਨਸ਼ੇ ਦੀ ਲਾਈਫ ਦੇ ਵਿੱਚੋਂ ਜਿਹੜਾ ਨਸ਼ੇ ਦੀ ਲਾਈਫ ਦੇ ਵਿੱਚੋਂ ਨਿਕਲਿਆ ਗੀਤ ਲਿਖਦਾ ਆ ਜਿਹਦੇ ਗੀਤ ਤੁਸੀਂ ਮਕਬੂਲ ਵੀ ਕੀਤੇ ਨੇ ਤੁਹਾਨੂੰ ਇੱਦਾਂ ਦੇ ਵੀਰ ਨਾਲ ਮਿਲਾਉਣ ਜਾ ਰਿਹਾ ਵੱਡੇ ਵੱਡੇ ਕਲਾਕਾਰਾਂ ਨੇ ਗੀਤ ਗਾਏ ਨੇ ਉਸ ਵੀਰ ਦੇ ਅਤੇ ਦੂਜੀ ਗੱਲ ਇੱਕ ਇੱਦਾਂ ਦੀ ਜੋੜੀ ਨਾਲ ਮਿਲਾਉਣ ਜਾ ਰਹੇ ਹਾਂ ਜਿਹਨਾਂ ਨੇ ਜਿਹਨੂੰ ਕਹਿੰਦੇ ਨਾ ਅੱਜ ਕੱਲ੍ਹ ਲਗਜ਼ਰੀ ਗੱਡੀਆਂ ਦਾ ਦੌਰ ਆ ਅੱਜ ਕੱਲ੍ਹ ਜੇਕਰ ਕੁੜੀ ਕੋਈ ਕਿਸੇ ਘਰੇ ਵਿਆਹ ਕੇ ਜਾਂਦੀ ਉਹ ਚਾਹੁੰਦੀ ਆ ਘਰ ਬਾਰ ਵਧੀਆ ਹੋਵੇ ਵਧੀਆ ਗੱਡੀ ਹੋਵੇ ਲਗਜ਼ਰੀ ਗੱਡੀ ਘਰੇ ਖੜੀ ਹੋਵੇ ਪਰ ਇਸ ਜੋੜੀ ਨੇ ਅੱਧਾ ਇੰਡੀਆ ਜਿਹਨੂੰ ਕਹਿ ਦਈਏ 10 ਮਹੀਨਿਆਂ ਦੇ ਵਿੱਚ ਸਾਈਕਲਾਂ ਦੇ ਉੱਤੇ ਗਾਹੇ ਆ ਸਾਈਕਲਾਂ ਦੇ ਉੱਤੇ ਦੇਖਿਆ ਆ ਅਤੇ ਇੱਦਾਂ ਦੀ ਜੋੜੀ ਨਾਲ ਮਿਲਾਉਣ ਜਾ ਰਹੇ ਹਾਂ ਅਤੇ ਮੇਰੇ ਕੈਮਰਾਮੈਨ ਵੀਰ ਨੂੰ ਬੇਨਤੀ ਆ ਕਿ ਮੇਰੇ ਨਾਲ ਨਾਲ ਆ ਜਾਓ ਅਤੇ ਅਜੇ ਤੁਹਾਨੂੰ ਮਿਲਾਉਂਦੇ ਹਾਂ ਅਜਿਹੀ ਜੋੜੀ ਦੇ ਨਾਲ ਅਤੇ ਹੁਣ ਆਪਾਂ ਬੈਠੇ ਹਾਂ ਆਪਣੇ ਬਾਈ ਅੰਮ੍ਰਿਤਪਾਲ ਤੇ ਭੈਣ ਮਨ ਹੁਣਾਂ ਦੇ ਕੋਲੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸੋ ਪਹਿਲਾਂ ਤਾਂ ਸਾਰੇ ਆਈ ਐਮ ਹੀਰੋ ਚੈਨਲ ਦੇਖਣ ਵਾਲੇ ਨੂੰ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਗੱਲ ਕਰਦਾ ਮੈਂ ਅੱਜ ਆਪਣੇ ਨਾ ਵੀਰਾਂ ਨੂੰ ਦੱਸਿਆ ਜਿਹੜੇ ਦੇਖਦੇ ਪਏ ਮੈਂ ਕਿਹਾ ਸਟੋਰੀਆਂ ਦੋ ਨੇ ਹਾਂਜੀ ਤੇ ਇੱਕ ਤਾਂ ਇਹ ਹੈ ਕਿ ਜੀ ਇੰਡੀਆ ਸਾਰਾ ਕਹਿੰਦੇ ਅੱਧਾ ਇੰਡੀਆ ਗਾ ਲਿਆ ਹਨਾ ਉਹ ਵੀ ਸਾਈਕਲਾਂ ਦੇ ਉੱਤੇ ਤੇ ਉਦੋਂ ਪਹਿਲਾਂ ਇੱਕ ਸਟੋਰੀ ਆ ਜਿਹੜੀ ਖਾਸ ਕਰਕੇ ਮੇਰੇ ਚੈਨਲ ਉੱਤੇ ਇੰਟਰਵਿਊ ਤੁਸੀਂ ਦੇਖਦੇ ਆ ਕਿ ਨਸ਼ੇ ਦੀ ਲਾਈਫ ਚੋਂ ਨਿਕਲ ਕੇ ਬਾਹਰ ਹਨਾ ਕਿਵੇਂ ਇਹ ਬਾਈ ਗੱਲ ਨਾ 2014 ਤੋਂ ਵੀ ਪਹਿਲਾਂ ਦੀ ਆ ਲਾ ਕੇ ਚੱਲੋ ਕਿ 2008 ਦੇ ਵਿੱਚ ਅਸੀਂ ਐਵੇਂ ਚੌੜ ਚੌੜ ਦੇ ਵਿੱਚ ਬੰਦਾ ਹਨਾ ਦਿਖਾਵੇ ਨੂੰ ਨਸ਼ੇ ਦੀ ਦਲ ਦਲ ਚ ਡਿੱਗਿਆ ਹਨਾ ਤੇ 6 ਸਾਲ ਚਿੱਟੇ ਵਾਲੀ ਲਾਈਫ ਚ ਘੁੰਮਦੇ ਰਹੇ ਉੱਥੇ ਹਨਾ ਜਿੱਦਾਂ ਬੰਦੇ ਨੂੰ ਉਹ ਹੁੰਦਾ ਬਸ ਸਵੇਰੇ ਉੱਠਿਆ ਨਸ਼ਾ ਖਾ ਲਿਆ ਬਸ ਦੂਏ ਦਿਨ ਵੀ ਤੇ 6 ਸਾਲ ਬਹੁਤ ਘਰਦਿਆਂ ਨੇ ਵੀ ਸਮਝਾਇਆ ਪਰ ਸਮਾਂ ਇੱਦਾਂ ਦਾ ਸੀਗਾ ਉਹ ਬੰਦਾ ਨਹੀਂ ਮਾੜਾ ਹੁੰਦਾ ਟਾਈਮ ਇੱਦਾਂ ਦਾ ਸੀਗਾ ਕਿ ਆਪਾਂ ਉਸ ਚੀਜ਼ ਚੋਂ ਨਿਕਲ ਨਹੀਂ ਪਾਏ ਹਨਾ ਤੇ ਉਹਦੇ ਚੱਲਦੇ ਚੱਲਦੇ ਆਪਾਂ ਨੂੰ ਜੇਲ੍ਹ ਹੋ ਗਈ 2014 ਦੇ ਵਿੱਚ ਤੇ ਫਿਰ ਲੁਧਿਆਣੇ 40 ਦਿਨ ਰਹਿਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਏ ਠੀਕ ਹੈ ਜੀ ਤੇ ਫਿਰ ਜਦੋਂ ਬਾਹਰ ਆਏ ਮੈਨੂੰ ਇੱਦਾਂ ਲੱਗਦਾ ਸੀ ਕਿ ਮੇਰੇ ਹੁਣ ਘਰ ਦੇ ਗਾਲਾਂ ਕੱਢਣਗੇ ਹਨਾ ਅਫਕੋਰਸ ਇੱਦਾਂ ਹੀ ਹੁੰਦਾ ਵੀ ਬੰਦੇ ਨੇ ਕੋਈ ਕਿਹੜਾ ਚੱਜ ਦਾ ਕੰਮ ਕੀਤਾ ਹਨਾ ਤੇ ਪਰ ਮੇਰੀ ਮਾਂ ਨੇ ਹਨਾ ਮੈਨੂੰ ਜੱਫੀ ਪਾ ਕੇ ਰੋਣ ਲੱਗ ਪਏ ਉਹ ਤੇ ਉਹ ਬਾਈ ਜਿਹੜੀ ਚੀਜ਼ ਸੀ ਨਾ ਉਹ ਕਨੈਕਟ ਕਰ ਗਈ ਦਿਲ ਨੂੰ ਤੇ ਉਸ ਤੋਂ ਬਾਅਦ ਆਹ ਦਿਨ ਜਾਂਦਾ ਹੈ ਦਿਲਾ 2022 ਚੱਲ ਰਿਹਾ ਨਾ ਆਪਾਂ ਨਸ਼ੇ ਨੂੰ ਮੂੰਹ ਨਹੀਂ ਲਾਇਆ ਤੇ ਉਸ ਤੋਂ ਬਾਅਦ ਸਾਨੂੰ ਹਨਾ ਜੇਲ੍ਹ ਦੇ ਵਿੱਚ ਹੀ ਲਿਖਣ ਦੀ ਆਦਤ ਪੈ ਗਈ ਜਿੱਦਾਂ ਗਾਣੇ ਗੁਣੇ ਤੇ ਫਿਰ ਆਪਣੇ ਇੱਥੇ ਨਵੇਂ ਸ਼ਹਿਰ ਦਾ ਹੀ ਜੈਜ਼ੀ ਵੀ ਹੈ ਜੱਜੀ ਵੈਂਸ ਜਿਹੜਾ ਤੇ ਉਹਨੇ ਫਿਰ ਮੇਰੇ ਗਾਣੇ ਗਾਏ ਨੇ ਮੇਰੇ ਲਿਖੇ ਹੋਏ ਪਹਿਲਾ ਗਾਣਾ ਜੱਟ ਦਾ ਫਲੈਗ ਆਇਆ ਕੌਰ ਵੀ ਇਕੱਠਿਆਂ ਨੇ ਡਿਊਟ ਕੀਤਾ ਅੱਛਾ ਉਸ ਤੋਂ ਬਾਅਦ ਪੁੱਤ ਸਰਦਾਰਾਂ ਦੇ ਆਇਆ ਫਿਰ ਲੋਹਾ ਗਾਣਾ ਆਇਆ ਅੱਛਾ ਫਿਰ ਐਜ਼ ਏ ਸਿੰਗਰ ਆਪਾਂ ਵੀ ਟਰੈਕ ਕੀਤੇ ਨੇ ਅੱਛਾ ਗਾਣੇ ਉਹ ਆਏ ਨੇ ਜਿਹੜੇ ਮਿਲੀਅਨ ਕ੍ਰਾਸ ਕਰਕੇ ਗਏ ਨੇ ਨਾ ਉਹ ਤਾਂ ਬੰਦਾ ਹੈਗਾ ਫਿਰ ਸਟਾਰ ਹੈ ਨਾ 26-27 ਸਾਲ ਹੋ ਗਏ ਉਹਨੂੰ ਗੋਦੇ ਨੂੰ
ਤੇ ਫਿਰ ਐਜ਼ ਏ ਸਿੰਗਰ ਗਾਣੇ ਵੀ ਕੱਢੇ, ਪਰ ਗੱਲ ਇਹ ਹੁੰਦੀ ਹੈ ਕਿ ਕਿਸਮਤ ਦੇ ਵਿੱਚ ਕਈਆਂ ਚੀਜ਼ਾਂ ਤੇ ਤੁਹਾਡੀ ਮਕਬੂਲਤਾ ਹੋ ਜਾਂਦੀ ਹੈ, ਕਈਆਂ 'ਚ ਨਹੀਂ ਹੁੰਦੀ ਹੈ ਨਾ, ਪ੍ਰੋਫੈਸ਼ਨ ਹੁੰਦੇ ਨੇ। ਗਾਣਿਆਂ 'ਤੇ ਪੈਸਾ ਬਹੁਤ ਲੱਗਦਾ, ਤੁਹਾਨੂੰ ਵੀ ਪਤਾ ਏਡਾਂ 'ਤੇ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ ਨਾ। ਮੈਂ ਲੰਘਿਆ ਹੋਇਆ ਇਹਨਾਂ ਚੀਜ਼ਾਂ 'ਤੇ, ਪੈਸਾ ਇੰਨਾ ਹੈ ਨਹੀਂ, ਅਸੀਂ ਮਿਡਲ ਫੈਮਿਲੀ 'ਚੋਂ ਬਿਲੋਂਗ ਕਰਦੇ ਹਾਂ ਨਾ, ਪਰ ਅਸੀਂ ਮਨ ਨਹੀਂ ਜਿੱਦਾਂ ਹਾਰਿਆ ਹੈ ਨਾ। ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ, ਤੇ ਵਿਆਹ ਤੋਂ ਬਾਅਦ ਫਿਰ ਸਾਨੂੰ ਲੱਗਾ ਕਿ ਹੁਣ ਕੁਛ ਹੋਰ ਕਰਨਾ ਚਾਹੀਦਾ ਹੈ ਨਾ। ਇਹ ਨੀ ਢੇਰੀ ਢਾ ਕੇ ਨੀ ਬੈਠੇ ਵੀ ਚੱਲ ਜੇ ਆਹ ਕੰਮ ਨੀ ਨਿਬੜਿਆ, ਇਹ ਨੀ ਕਿਹਾ ਯਾਰ ਲਿਖਣ ਨੂੰ ਤਾਂ ਬਹੁਤ ਖਰੇ ਸੀਗੇ, ਗਾਉਂਦੇ ਵੀ ਵਧੀਆ ਸੀ, ਪਰ ਕੰਮ ਨੀ ਹੋਇਆ। ਚਲੋ ਨਹੀਂ ਹੋਇਆ, ਕੋਈ ਹੋਰ ਰਾਹ ਲੱਭ ਲਓ ਨਾ, ਅਸਲ ਤਾਂ ਇਹ ਚੀਜ਼ ਆ ਯਾਰ। ਤੇ ਫਿਰ ਮੈਂ ਇਹਨਾਂ ਨਾਲ ਸਲਾਹ ਮਾਰੀ, ਮੈਂ ਕਿਹਾ ਵੀ ਆਪਾਂ ਸਾਈਕਲ ਕੱਢੀਏ, ਵੀ ਹੁਣ ਆਪਾਂ ਯੂਟਿਊਬ ਵੱਲ ਨੂੰ ਆਉਂਦੇ, ਘਰੇ ਬੁਲਟ ਖੜਾ ਆ ਤਾਂ ਆਪਾਂ ਸਾਈਕਲ ਕੱਢੀਏ। ਬਸ ਇੱਦਾਂ ਹੀ ਆ ਬਾਈ, ਕੁਛ ਅਲੱਗ ਕਰ ਲਈ ਬਾਈ, ਯੂਟਿਊਬ ਵੀ ਸੌਖੀ ਚੀਜ਼ ਨੀ ਹੈਗੀ ਹਨਾ, ਕੋਈ ਅਲੱਗ ਚੀਜ਼। ਗਾਲਾਂ ਖਾਣ ਨੂੰ ਤਾਂ ਬਥੇਰੇ ਕਪਲ ਖਾਈ ਜਾਂਦੇ, ਪਰ ਸਾਡਾ ਉਹ ਕੰਮ ਨੀ ਸੀਗਾ ਵੀ ਘਰੇ ਬਹਿ ਕੇ ਆਹ ਦਿਖਾਈਏ ਜੀ, ਅਸੀਂ ਨਹਾ ਲਿਆ ਜਾਂ ਅਸੀਂ ਆਹ ਕਰ ਲਿਆ। ਸੱਚੀ ਗੱਲ ਐਵੇਂ ਹੋਈ, ਮੈਨੂੰ ਬਾਈ ਦਾ ਫੋਨ ਆਇਆ ਤੇ ਮੈਨੂੰ ਕਹਿੰਦੇ ਬਾਈ ਅਸੀਂ ਨਾ ਕਪਲ ਵਲੌਗਿੰਗ ਕਰਦੇ ਆ। ਮੈਂ ਕਿਹਾ ਲੈ ਹੋ ਗਿਆ ਬੇੜਾ। ਫਿਰ ਮੈਨੂੰ ਬਾਈ ਨੇ ਨਾ ਜਦੋਂ ਦਿਖਾ ਦੱਸਿਆ ਕਿ ਬਾਈ ਅਸੀਂ ਆਹ ਚੀਜ਼ ਕਰਦੇ ਹਾਂ, ਅਸੀਂ ਲੋਕਾਂ ਨੂੰ ਅਲੱਗ ਅਲੱਗ ਜਗ੍ਹਾ ਦਿਖਾਉਂਦੇ ਆ ਘੁੰਮ ਫਿਰ ਕੇ, ਫਿਰ ਲੱਗਿਆ ਨਹੀਂ ਤਾਂ ਨਾ ਆਪਣੇ ਕਈ ਸਲਫਾਸੀ ਯੋਧੇ ਹੈਗੇ ਨੇ ਜਿਹੜੇ ਅੱਜ ਕੱਲ੍ਹ ਵਲੌਗਿੰਗ ਕਰਦੇ ਆ, ਮੈਨੂੰ ਲੱਗਾ ਕਿਤੇ ਬਾਈ ਓਵੇਂ ਦਾ ਕੰਮ ਨਾ ਕਰਦੇ। ਸਾਡੇ ਕਪਲ ਵਲੌਗ ਕੁਛ ਡਿਫਰੈਂਟ ਸੀ, ਅਸੀਂ ਕੁਛ ਯੂਨੀਕ ਕੀਤਾ। ਇਹ ਉਹ ਵਾਲਾ ਕਪਲ ਆ ਜਿਨ੍ਹਾਂ ਨੂੰ ਲੋਕ ਪਿੰਡਾਂ ਦੇ ਵਿੱਚ ਅੜੀਕਦੇ ਸੀ ਹਨਾ, ਸਾਡੇ ਪਿੰਡ ਆਉਣ। ਬਾਈ ਸਾਨੂੰ ਫੁੱਲਾਂ ਨਾਲ, ਹਰ ਥਾਂ ਤੇ ਰਾਜਸਥਾਨ ਗਏ ਆ ਅਸੀਂ, 290 ਦਿਨ ਲਾ ਕੇ ਆਏ ਹਨਾ। ਅਸੀਂ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਫਿਰ ਗਾਹਾਂ ਕੇਰਲਾ ਥੱਲੇ ਘੁੰਮਦੇ ਆਏ ਆ। ਅਸੀਂ ਮੁੰਬਈ ਚ 10-12 ਦਿਨ ਲਾਏ ਨੇ, ਹਰ ਥਾਂ ਤੇ ਘੁੰਮੇ ਆ। ਸਾਨੂੰ 200+ ਤਾਂ ਸਾਡੇ ਕੋਲ ਸਰੂਪੇ ਸੀਗੇ ਗੁਰਦੁਆਰਾ ਸਾਹਿਬ ਚ, ਸਾਨੂੰ ਭੇਂਟ ਕੀਤੇ ਗਏ। ਅਸੀਂ ਇੱਦਾਂ ਉਹ ਜਿਹਨਾਂ ਲੋੜਵੰਦ ਕੋਈ ਸਿੱਖ ਸੀਗੇ ਉਹਨਾਂ ਨੂੰ ਆਪਾਂ ਭੇਂਟ ਕਰਤੇ ਹਨਾ। ਤੇ ਫਿਰ ਇਹ ਟਰਨਿੰਗ ਪੁਆਇੰਟ ਆਇਆ ਜੀ, ਮੇਨ ਗੱਲ ਇਹ ਹੈ ਕਿ ਆਪਣੀ ਇੰਡੀਆ ਦੀ ਪਹਿਲੀ ਕੁੜੀ ਹੈ ਜਿਹੜੀ ਇੰਨਾ ਸਫ਼ਰ ਕੱਢ ਕੇ ਆਈ ਹੈ 290 ਦਿਨਾਂ ਦਾ। ਪਹਾੜੀਆਂ ਵੀ ਆਈਆਂ, ਉਹ ਵੀ ਚੜੀਆਂ, ਕਿਉਂਕਿ ਸਾਨੂੰ ਕਾਫੀ ਕਮੈਂਟ ਵੀ ਵਿੱਚ ਆਉਂਦੇ ਰਹੇ ਤੁਸੀਂ ਨਾਲ ਸਪੋਰਟਿਵ ਵਹੀਕਲ ਲਿਆ ਜੀ, ਬਹੁਤ ਕਰਨਾ ਸੌਖਾ ਆ ਤੁਸੀਂ ਏਦਾਂ, ਪਰ ਨਹੀਂ ਉਹ ਸਾਨੂੰ ਪਤਾ ਸੀ ਅਸੀਂ ਕਿੱਦਾਂ ਕਰਕੇ ਆਏ ਆ। ਬਹੁਤ ਮਿਹਨਤ ਲੱਗਦੀ ਇਸ ਚੀਜ਼ ਦੇ ਵਿੱਚ, ਪਰ ਇੱਕ ਦੋ ਇਹਦਾ ਸਾਥ ਸੀਗਾ ਤੇ ਅਸੀਂ ਉਸ ਚੀਜ਼ ਨੂੰ ਸਰ ਕਰਕੇ ਆਏ। ਨਹੀਂ ਵੈਸੇ ਪੈਂਦੀ ਸੱਟੇ ਹਾਂ ਕਰਤੀ, ਐ ਨਹੀਂ ਸੀਗਾ ਕਿ ਕੋਈ ਗੱਡੀ ਗੁੱਡੀ ਲੈ ਲੈਨੇ ਆ ਘਰੇ, ਬੁਲਟ ਉਦੋਂ ਪਹਿਲਾਂ ਤਾਂ ਖੜਾ ਵੈਸੇ। ਹਾਂਜੀ ਪਹਿਲਾਂ ਤਾਂ ਵੈਸੇ ਸੀਗਾ ਕਿ ਇਹੀ ਲੈ ਜੀਏ ਘੱਟੋ ਘੱਟ ਆਪਾਂ। ਨਹੀਂ ਭਾਜੀ, ਇੱਕ ਨਾ ਰਾਸ ਮਿਲਣੀ ਚਾਹੀਦੀ ਸਾਡੀ, ਇੱਕ ਦੂਜੇ ਨਾਲ ਰਾਸ ਮਿਲੀ, ਸਾਡੀ ਸੋਚ ਮਿਲੀ ਵੀ ਹਾਂ ਆਪਾਂ ਕੋਈ ਚੀਜ਼ ਯੂਨੀਕ ਕਰਨੀ, ਡਿਫਰੈਂਟ ਕਰਨਾ, ਆਪਣੀ ਲਾਈਫ ਦੇ ਵਿੱਚ ਕੁਝ ਚੇਂਜ ਲੈ ਕੇ ਆਉਣਾ, ਤਾਂ ਅਸੀਂ ਇਸ ਚੀਜ਼ ਨੂੰ ਚੁਣਿਆ। ਸਾਡਾ ਉਹ ਟਰਨਿੰਗ ਪੁਆਇੰਟ ਸੀ ਅੱਜ ਤੋਂ 10 ਮਹੀਨੇ ਪਹਿਲਾਂ। ਅੱਛਾ, ਅਸੀਂ ਜੇ ਨਾ ਜਾਂਦੇ ਸੀ ਕਈ ਚੀਜ਼ਾਂ ਇੱਦਾਂ ਦੀਆਂ ਸੀ ਜਿਹੜੀਆਂ ਦੇਖ ਨਹੀਂ ਸੀ ਸਕਣੀਆਂ। ਹੁਣ ਅਸੀਂ ਥੱਲੇ ਗਏ ਆ, ਸਾਊਥ ਦੇ ਵਿੱਚ ਘੁੰਮ ਕੇ ਆਏ ਆ ਹਨਾ, ਸਾਊਥ ਦੇ ਲੋਕ 5 ਦੀਆਂ 5 ਸਟੇਟਾਂ ਬਹੁਤ ਵਧੀਆ ਨੇ। ਉਵੇਂ ਤਾਂ ਨੀ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਆ ਬਾਈ, ਉਹ ਹੈ ਇੱਦਾਂ ਹੀ ਨੇ, ਪਹਿਲਾਂ ਧੋਤੀ ਬੰਨਦੇ ਨੇ ਫਿਰ ਉਹ ਦਾਤੀ ਮੂੰਹ 'ਚ ਪਾਉਂਦੇ ਨੇ, ਇੱਦਾਂ ਹੀ ਨੇ ਬੰਦੇ ਸਾਰੇ, ਪਰ ਯਾਰ ਦਿਲ ਤੇ ਬਹੁਤ ਸਾਫ਼ ਨੇ, ਬਹੁਤ ਜ਼ਿਆਦਾ ਇੰਨੇ ਡਾਊਨ ਟੂ ਅਰਥ ਨੇ ਨਾ ਬੰਦੇ ਉਹ, ਤੇ ਦਿਖਾਵਾ ਤਾਂ ਉਹਨਾਂ 'ਚ ਹੈ ਹੀ ਨਹੀਂ, ਬਹੁਤ ਸਿੰਪਲਿਸਿਟੀ ਹੈ। ਤੁਸੀਂ ਬੰਦੇ ਨੂੰ ਜੱਜ ਨਹੀਂ ਕਰ ਸਕਦੇ ਦੇਖ ਕੇ ਕਿ ਇਹ ਅਰਬਾਪਤੀ ਇੱਕ ਗਰੀਬ ਹੈ, ਇੰਨੀ ਮਾਤੜ ਜਿਹੇ ਕੱਪੜੇ ਪਾਏ ਹੋਣਗੇ ਪਰ ਉਹਦੇ ਕੋਲ ਪੈਸਾ ਬਹੁਤ ਹੁੰਦਾ। ਇਹ ਦੇਖੋ ਉਧਰ ਨਸ਼ਾ ਹੈ ਨੀ, ਉਧਰ ਚੋਰੀ ਹੈ ਨੀ, ਚੋਰੀ ਹੈ ਨੀ, ਕੋਈ ਮਹਿੰਗੀ ਚੀਜ਼ ਖੜੇ ਰਹਿੰਦੇ ਸੀ ਕਿਸੇ ਨੇ ਚੱਕੇ ਨੀ, ਇੱਥੇ ਤੁਸੀਂ ਬਾਹਰ ਲਾ ਕੇ ਦੇਖੋ ਮੋਟਰਸਾਈਕਲ ਘਰ ਚੋ ਚੋਰੀ ਹੋ ਜਾਂਦੇ ਆ, ਬਾਹਰ ਤਾਂ ਬੰਦੇ ਨੇ ਕੀ ਚੀਜ਼ ਖੜੀ ਕਰਨੀ ਆ। ਐਵੇਂ ਆ ਜੀ, ਇੱਥੇ ਗੱਡੀ ਦਾ ਡੋਰ ਲਾ ਕੇ ਨਾ ਬੰਦਾ ਇੱਕ ਵਾਰੀ ਫੇਰ ਮੁੜ ਕੇ ਚੈੱਕ ਕਰਦਾ, ਖੁੱਲਾ ਤਾਂ ਨੀ ਰਹਿ ਗਿਆ। ਬੰਦਿਆਂ ਦਾ ਕਸੂਰ ਨੀ ਹੈਗਾ ਹਨਾ, ਜਿੱਦਾਂ ਹੁਣ ਸਮਾਂ ਹੀ ਇੱਦਾਂ ਦਾ ਕਰਤਾ ਹੈ, ਜਦੋਂ ਜਿਸ ਜਗ੍ਹਾ ਤੇ ਨਸ਼ਾ ਆ ਗਿਆ ਨਾ ਉੱਥੇ ਚੋਰੀਆਂ ਤਾਂ ਓਬਵੀਅਸਲੀ ਹੋਣੀਆਂ ਹੀ ਨੇ, ਕਿਉਂਕਿ ਤੁਸੀਂ ਇਹ ਚੀਜ਼ ਫੇਸ ਕੀਤੀ ਹੋਈ ਆ ਆਪਣੀ ਅੱਖੀ ਹਨਾ, ਅੱਖੀ ਦੇਖਿਆ ਆਪਾਂ ਹਨਾ। ਪਰ ਮੇਨ ਇਹੀ ਹੈ ਕਿ ਬਾਈ ਆਪਾਂ ਉਸ ਚੀਜ਼ ਦੇ ਵਿੱਚੋਂ ਨਿਕਲ ਕੇ ਪਹਿਲਾਂ ਲਿਖਣਾ ਸਟਾਰਟ ਕੀਤਾ, ਜੇ ਉਹ ਨਹੀਂ ਹੋਇਆ ਤਾਂ ਫਿਰ ਆਪਾਂ ਸਾਈਕਲ ਰਾਈਡ ਅਸੀਂ ਵੀ ਸ਼ੁਰੂ ਕਰ ਦਿੰਦੇ ਹਾਂ। ਜ਼ਿੰਦਗੀ 'ਚ ਬਾਈ ਹਾਰਨਾ ਨਹੀਂ ਚਾਹੀਦਾ, ਗੱਡੀ ਚੱਲਦੀ ਰੱਖੀ। ਹਾਂਜੀ, ਮਿਹਨਤ ਕਰਦੇ ਰਹੋ, ਤੁਹਾਨੂੰ ਕਿਸੇ ਨਾ ਕਿਸੇ ਦਿਨ ਉਸ ਚੀਜ਼ ਦਾ ਫਲ ਜ਼ਰੂਰ ਮਿਲੂਗਾ। ਤੇ ਆਪਾਂ ਜੀ ਕਹਿ ਦਈਏ ਸਫ਼ਰ ਦੇ ਕਿਲੋਮੀਟਰ ਕਿੰਨੇ ਬਣ ਗਏ ਫਿਰ? ਆਪਣਾ ਬਾਈ ਅਸੀਂ 13,500 ਕਿਲੋਮੀਟਰ ਟਪਾਤਾ ਹੈ, 13,500 ਕਿਲੋਮੀਟਰ ਸਾਈਕਲ ਤੇ ਟਪਾਤਾ। ਹਾਂਜੀ, ਤਾਂ ਅੱਜ ਦੇ ਟਾਈਮ ਦੀ ਗੱਲ ਕਰੀਏ
ਬਹੁਤੇ ਲੋਕ ਜਿਹੜੇ ਨੇ ਨਾ ਉਹ ਮੋਟੇ ਟਾਇਰ ਵਾਲੇ ਸਾਈਕਲ ਆਉਂਦੇ ਨੇ ਉਹ ਲੈ ਲੈਂਦੇ ਨੇ ਪਰ ਚਲਾਉਂਦਾ ਕੋਈ ਨੀ ਭਾਜੀ ਉਹ ਸ਼ੋਅ ਲਈ ਆ ਉਹ ਸ਼ੋਅ ਆਫ ਕਰਨ ਲਈ ਆ ਬਾਈ ਅਸਲ ਦੇ ਵਿੱਚ ਸਾਈਕਲ ਤਿੰਨ ਤਰ੍ਹਾਂ ਦੇ ਹੁੰਦੇ ਨੇ MTV ਹੁੰਦਾ ਹੈ ਹਾਈਬ੍ਰਿਡ ਹੁੰਦਾ ਹੈ ਤੇ ਆਪਣੇ ਰੋਡ ਬਾਈਕ ਹੁੰਦੇ ਨੇ ਇਹ ਜੈਨੂਅਨ ਜੇ ਸਹੀ ਤਰੀਕੇ ਦੇ ਜਿਹੜੇ ਸਾਈਕਲ ਨੇ ਉਹ ਤਾਂ ਯਾਰ ਨਿਆਣਿਆਂ ਲਈ ਹੈ ਜਿੱਦਾਂ ਸ਼ੋਅ ਉਹ ਭਾਰੇ ਕਿੰਨੇ ਹੋ ਜਾਂਦੇ ਟਾਇਰ ਵੀ ਭਾਰੇ ਹੁੰਦੇ ਆ ਤਾਂ ਅਸਲ ਸਾਨੂੰ ਵੀ ਨੀ ਪਤਾ ਸੀ ਪਹਿਲਾਂ ਸਾਈਕਲ ਦੇ ਬਾਰੇ ਕਿੱਦਾਂ ਦੀ ਕੀ ਚੀਜ਼ ਆ ਇਹਦੇ ਕੇਅਰ ਕਿੱਦਾਂ ਹੋਣਾ ਆ ਜਦੋਂ ਅਸੀਂ ਇੱਥੋਂ ਪੰਜਾਬ ਤੋਂ ਅਬੋਹਰ ਚੈਂਟਰ ਕੀਤਾ ਅਬੋਹਰ ਲਾਸਟ ਪੈਂਦਾ ਆਪਣੇ ਪੰਜਾਬ ਦਾ ਉੱਥੇ ਸਾਨੂੰ ਟੱਕਰੇ ਆ ਬਾਈ ਹਰਜੀਤ ਸਿੰਘ ਹਜ਼ਾਰਾ ਉਹ ਵੀ ਸਾਈਕਲਿਸਟ ਆ ਤੇ ਉਹਨਾਂ ਨੇ ਸਾਨੂੰ ਫਿਰ ਸਾਰਾ ਕੁਛ ਦੱਸਿਆ ਵੀ ਕਿੱਦਾਂ ਇਹਨੂੰ ਮੈਨੇਜ ਕਰਨਾ ਕਿੱਥੇ ਤੁਸੀਂ ਸੀਟ ਰੱਖਣੀ ਆ ਕਿੱਦਾਂ ਇਹਦੇ ਗੇਅਰ ਮੋਹਰੇ ਦਾ ਪਿਛਲੇ ਦਾ ਕੀ ਕੰਬੀਨੇਸ਼ਨ ਹੋਣਾ ਚਾਹੀਦਾ ਆ ਉੱਥੋਂ ਵੀ ਇਹ ਸਾਰੀ ਅਸੀਂ ਨੌਲੇਜ ਲਈ ਤਾਂ ਫਿਰ ਅਸੀਂ ਗਾਂਹ ਨੂੰ ਤੁਰੇ ਆ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀਗਾ ਕਿ ਅਸੀਂ ਜਾਣਾ ਤਾਂ ਥੋੜਾ ਜਿਹਾ ਸੀਗਾ ਹਾਂਜੀ ਥੋੜਾ ਥੋੜਾ ਕਰਕੇ ਜ਼ਿਆਦਾ ਹੋ ਗਿਆ ਬਾਅਦ ਚ ਤੁਹਾਨੂੰ ਦੱਸਿਆ ਬਾਈ ਪਿਆਰ ਇੰਨਾ ਜ਼ਿਆਦਾ ਮਿਲਿਆ ਹਨਾ ਜਿੱਦਾਂ ਆਪਣੇ ਬੰਦੇ ਲੱਤ ਥੋੜੀ ਜਿਹੀ ਖਿੱਚ ਲੈਂਦੇ ਨੇ ਬਾਹਰਲੇ ਬੰਦੇ ਲੱਤ ਨਹੀਂ ਖਿੱਚਦੇ ਯਾਰ ਅਸੀਂ ਘਰਾਂ ਚ ਰੁਕ ਰੁਕ ਕੇ ਗਏ ਹਾਂ ਅਸੀਂ ਰਾਜਸਥਾਨ ਗਏ ਹਾਂ ਫੈਮਿਲੀਆਂ ਚ ਰੁਕੇ ਹਾਂ ਫਿਰ ਮਹਾਰਾਸ਼ਟਰ ਮੁੰਬਈ ਚ ਰੁਕੇ ਹਾਂ ਪੂਨੇ ਰੁਕੇ ਹਾਂ ਖੰਡਾਲਾ ਘਾਟ ਲਾਈ ਹੈ ਫੈਮਿਲੀਆਂ ਕੋਲ ਰੁਕ ਰੁਕ ਕੇ ਗਏ ਹਾਂ ਪਿਆਰੇ ਇੰਨਾ ਮਿਲਿਆ ਅਸੀਂ ਨਿਕਲਦੇ 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 ਅਸੀਂ ਤਾਂ ਇੰਡੀਆ ਦਾ ਐਂਡ ਕਰਤਾ ਕੰਨਿਆਕੁਮਾਰੀ ਤੱਕ ਪਹੁੰਚ ਗਏ ਉਦੋਂ ਗਾਂ ਫੇ ਸਮੁੰਦਰ ਹੀ ਸੀਗਾ ਧਰਤੀ ਹੈ ਨਹੀਂ ਜੇ ਗਾਂ ਹੁੰਦਾ ਫੇ ਗਾਂ ਵੀ ਜਾ ਜਾਂਦੇ ਗਾਂ ਵੀ ਜਾਂਦੇ ਥੋੜਾ ਜਿਹਾ ਥੋੜਾ 10 ਮਹੀਨੇ ਤਾਂ ਹੋ ਗਏ 1 ਮਹੀਨਾ ਹੋਰ ਕੱਢੇ ਹੋਣੇ ਆ ਹਾਂਜੀ 10 ਮਹੀਨੇ ਫੇ ਲਾ ਕੇ ਹੁੰਦੇ ਵਧੀਆ ਰਿਹਾ ਸਫ਼ਰ ਸਾਰਾ ਤੇ ਇਹਦੇ ਵਿੱਚ ਖਰਚਾ ਕਿੰਨਾ ਕਾ ਜਾਂਦਾ ਜੇ ਇਦਾਂ ਜਾਣਾ ਹੋਵੇ ਕਿਸੇ ਨੇ ਖਰਚਾ ਬਾਈ ਜੇ ਤਾਂ ਤੁਸੀਂ ਟੋਟਲ ਉਦਾਂ ਦੇਖੋ ਵੀ 10 ਮਹੀਨੇ ਦਾ ਜੇ ਜੇਬ ਚੋਂ ਲਾਉਣਾ ਪੈਂਦਾ ਹੈ ਨਾ ਫੇ ਤਾਂ ਤੁਸੀਂ 20 ਪਲੱਸ ਰੱਖੋ 20 ਲੱਖ ਤੋਂ ਵੀ ਉੱਤੇ 20 ਲੱਖ ਤੋਂ ਉੱਤੇ ਖਰਚਾ ਜੇ ਲਾਉਣੇ ਆ ਤਾਂ ਤੁਸੀਂ ਇਹ ਲਾ ਕੇ ਦੇਖ ਲਓ 290 ਦੇ ਹਿਸਾਬ ਨਾਲ 1000 ਰੁਪਇਆ ਇੱਕ ਦਿਨ ਦਾ ਰਾਤ ਨੂੰ ਰੁਕਣ ਦਾ ਲਾ ਕੇ ਦੇਖ ਲਓ 3 ਲੱਖ ਤਾਂ ਉਹਦਾ ਗਿਆ ਗਿਆ ਨਾ ਫਿਰ ਰੋਟੀ ਪਾਣੀ ਵੀ ਹੁੰਦਾ ਫਿਰ ਮੇਨਟੇਨੈਂਸ ਕਰਨੀ ਤੁਸੀਂ ਸਾਈਕਲ ਦੀ ਹਨਾ ਸਾਡੇ ਪੈਸੇ ਇੱਦਾਂ ਘੱਟ ਲੱਗੇ ਨੇ ਕਿ ਅਸੀਂ ਇਹ ਨਾ ਪਹਿਲੇ ਜਿਹੜੇ 5 ਮਹੀਨੇ ਸੀਗੇ ਰਾਤ ਨੂੰ ਰੁਕਣ ਲਈ 1 ਰੁਪਇਆ ਨੀ ਲਾਇਆ ਮੰਦਰ ਗੁਰਦੁਆਰੇ ਚਰਚ ਲੋਕਾਂ ਦੇ ਘਰਾਂ ਚ ਰੁਕ ਰੁਕ ਕੇ ਗਏ ਆ ਇੱਕ ਚੈਨ ਦੇ ਵਿੱਚ ਵੱਜ ਗਏ ਸੀਗੇ ਉਹ ਚੈਨ ਗਾਂ ਤੋਂ ਗਾਂ ਵਰਕ ਕਰਦੀ ਗਈ ਵੀ ਤੁਸੀਂ ਗਾਂ 100 ਕਿਲੋਮੀਟਰ ਤੇ ਸਾਡੇ ਰਿਸ਼ਤੇਦਾਰ ਹੈ ਉਹਨਾਂ ਕੋਲ ਚਲੇ ਜਾਓ ਏਦਾਂ ਫਿਰ ਚੱਲਦਾ ਚੱਲਦਾ ਕੰਮ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਕਰਨਾਟਕਾ ਕੇਰਲਾ ਤੇ ਤਾਮਿਲਨਾਡੂ ਇੱਥੇ ਜਾ ਕੇ ਬਾਈ 2-2.5 ਲੱਖ ਰੁਪਇਆ ਲੱਗਾ 3 ਮਹੀਨੇ ਉੱਥੇ ਭਾਜੀ ਉੱਧਰ ਇੱਦਾਂ ਸਾਨੂੰ ਮੰਦਰਾਂ 'ਚ ਸਟੇ ਨਹੀਂ ਮਿਲਦੀ ਉਹ ਆਊਟਸਾਈਡਰ ਨੂੰ ਸਟੇ ਨਹੀਂ ਦਿੰਦੇ ਤੇ ਤੁਹਾਨੂੰ ਉੱਧਰ ਹੋਟਲ ਹੀ ਲੈਣੇ ਪੈਂਦੇ ਆ ਜਾਂ ਹੋਟਲ ਬੁੱਕ ਕਰਕੇ ਫਿਰ ਉੱਥੇ ਰਹਿੰਦੇ ਹੋ ਲੈ ਵੀ ਖਰਚੇ ਵਾਲਾ ਕੰਮ ਹੈਗਾ ਯਾਰ ਉੱਧਰ ਹੈਗਾ ਆ ਭਾਜੀ ਕੰਮ ਹੈ ਭਾਈ ਸਾਈਕਲ ਤੇ ਚਲੋ ਇੱਕ ਪੈਟਰੋਲ ਦਾ ਖਰਚਾ ਨਹੀਂ ਹੈਗਾ ਬਾਕੀ ਤੁਸੀਂ ਖਾਣ ਢਿੱਡ ਤਾਂ ਲੱਗਾ ਹੈ ਨਾ ਖਾਣਾ ਵੀ ਹੈ ਰਾਤ ਨੂੰ ਰੁਕਣਾ ਵੀ ਹੈ ਮੈਂ ਅਸੀਂ ਟੈਂਟ ਵੀ ਲੈ ਕੇ ਗਏ ਸੀ ਕੈਰੀ ਕੀਤਾ ਜੀ ਅੱਛਾ ਤੇ ਵੈਸੇ ਅਸੀਂ ਟੈਂਟ 2 ਵਾਰੀ ਖੋਲਿਆ 290 ਦੇ ਨਾਲ ਸਿਰਫ 2 ਵਾਰੀ ਸਾਨੂੰ ਮੌਕਾ ਹੀ ਨਹੀਂ ਦਿੱਤਾ ਕਿਸੇ ਨੇ ਖੋਲਣ ਦਾ ਸਾਨੂੰ ਤਾਂ ਯਾਰ ਜਿੱਦਾਂ ਜਦੋਂ ਆਂਧਰਾ ਪ੍ਰਦੇਸ਼ ਚ ਸੀਗੇ ਉੱਥੇ DSP ਰੈਂਕ ਦੇ ਬੰਦੇ ਜਾਣਦੇ ਸੀਗੇ ਆਪਣੇ ਜਿਹੜੇ ਤਾਇਆ ਜੀ ਨੇ ਹਾਂਜੀ ਹਰਮੋਹਿੰਦਰ ਸਿੰਘ ਉਹ ਸਾਨੂੰ ਟੱਕਰੇ ਸੀ ਵਿਜੇਵਾੜਾ ਦੇ ਸੀ ਉਹਨਾਂ ਨੇ ਸਾਡਾ ਫੇਰ ਰਹਿਣ ਦਾ ਹੋਟਲਾਂ ਚ 5-5 ਹਜ਼ਾਰ ਦੇ ਰੂਮ ਸੀਗੇ ਜਿਹੜੇ ਉਹਨਾਂ ਨੇ ਕਰਵਾ ਕੇ ਦਿੱਤੇ ਲੋਕੀ ਹੈਲਪ ਬਹੁਤ ਕਰਦੇ ਨੇ ਤੇ ਬਾਕੀ ਆਪਣੀ ਨਾ ਜਦੋਂ ਪੰਜਾਬ ਸਟੇਟ ਤੋਂ ਬਾਹਰ ਨਿਕਲਦੇ ਆ ਤਾਂ ਪੰਜਾਬੀ ਖਾਸ ਕਰਕੇ ਬਾਹਰਲੀਆਂ ਸੀਟਾਂ ਦੇ ਵਿੱਚ ਵੀ ਬਹੁਤ ਤਗੜੇ ਤੌਰ ਤੇ ਬਸੇ ਹੋ ਬਹੁਤ ਬਾਈ ਹੈਲਪ ਕਰਦੇ ਨੇ ਬਹੁਤ ਇੰਨੇ ਜ਼ਿਆਦਾ ਵੈਲ ਸੈਟਲ ਨੇ ਨਾ ਪੰਜਾਬੀ ਹਲੇ ਪੰਜਾਬ ਚ ਕੋਈ ਪੰਜਾਬੀ ਸ਼ਾਇਦ ਮੰਗ ਕੇ ਖਾ ਸਕਦਾ ਪਰ ਬਾਹਰਲੇ ਜਿਹੜੇ ਨੇ ਉਹਨਾਂ ਨੇ ਕੰਮ ਸੈੱਟ ਕੀਤੇ ਪਏ ਨੇ ਪੂਰੇ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਫੋਰਨ ਕੰਟਰੀ ਹੀ ਜਾਣਾ ਚਾਹੀਦਾ ਇੱਥੇ ਵੀ ਕੰਮ ਬਹੁਤ ਨੇ ਲੋਕੀ 100-100 ਕਰੋੜ ਦੀ ਹਲਦੀ ਵੇਚ ਦਿੰਦੇ ਨੇ ਹਾਂ ਇੰਨੇ ਕਾਰੋਬਾਰ ਨੇ ਜੇ ਕਰਨੇ ਆ ਬੰਦੇ ਨੇ ਜੇ ਇੱਥੇ ਰਹਿ ਕੇ ਜਿਹਦੇ ਮਨ 'ਚ ਹੈ ਕਿ ਮੈਂ ਕਰਨਾ ਕੁਛ ਜਿਹਦੇ ਮਨ 'ਚ ਨਹੀਂ ਹੈਗਾ ਉਹ ਤਾਂ ਬਾਈ ਬਾਹਰ ਜਾ ਕੇ ਵੀ ਕੁਛ ਨਹੀਂ ਕਰਦੇ ਸਾਡਾ ਬਾਈ ਸਭ ਤੋਂ ਮੇਨ ਇਹ ਸੀ ਕਿ ਅਸੀਂ ਆਪਣਾ ਨੰਬਰ ਪਰਸਨਲ ਨੀ ਰੱਖਿਆ ਅਸੀਂ ਨੰਬਰ ਯੂਟਿਊਬ ਦੇ ਲਿੰਕ ਦੇ ਥੱਲੇ ਪਾਇਆ ਚੈਨਲ ਆ ਚੈਨਲ ਹੈ ਕਿੰਗ ਐਂਡ ਕੁਈਨ ਵਲੌਗਸ ਉੱਤੇ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਤੇ ਉਹਦੇ ਥੱਲੇ ਨੰਬਰ ਆਪਾਂ ਲਿਖਿਆ ਸਾਨੂੰ ਕੋਈ ਵੀ ਫੋਨ ਕਰਦਾ ਅਸੀਂ ਚੱਕੀ ਦਾ ਹਰੇਕ ਦਾ ਫੋਨ ਕਿਉਂਕਿ ਅਗਲਾ ਸਾਨੂੰ 20 ਮਿੰਟ ਦੇ ਰਿਹਾ ਅਸੀਂ ਉਹਨੂੰ ਨੀ ਦੇ ਸਕਦੇ ਸਾਨੂੰ ਉਹਨੇ ਮਹੀਨੇ ਬਾਅਦ ਕਿਤੇ ਫੋਨ ਕਰਨਾ ਤੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਅੱਜ ਇੱਥੇ ਆ ਗਿਆ ਕਿਉਂਕਿ ਵਲੌਗ ਪੈਂਦੇ ਸੀਗੇ ਤੇ ਉਹ ਫਿਰ ਫੋਨ ਕਰਕੇ ਕਹਿੰਦਾ ਸੀ ਸਾਡੇ ਘਰ ਵੀ ਰੁਕ ਕੇ ਜਾਇਓ ਜਾਂ ਸਾਡੇ ਆਇਓ ਇੱਥੇ ਮਿਲ ਕੇ ਜਾਇਓ ਸਾਨੂੰ ਤੇ ਫਿਰ ਬੀਬੀਆਂ ਨੇ ਸਾਡਾ ਲੁਧਿਆਣੇ ਦੇ ਕੋਲ ਸੀਗੀਆਂ ਉਹਨਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ ਸਾਨੂੰ ਫੋਟੋ ਦਿੱਤੀ ਬਹੁਤ ਸੋਹਣੀ ਅੱਛਾ ਤੇ ਮੈਨੂੰ ਲੱਗਦਾ ਜਦੋਂ ਤੁਸੀਂ ਇੱਥੋਂ ਦਾ ਕਹਿੰਦੇ 30-30 ਕਿਲੋ ਗੈਰੀ ਕਰਕੇ ਲੈ ਕੇ ਗਏ ਹੋ ਆਉਂਦੇ ਹੋਏ ਕਿੰਨਾ ਭਾਰ ਸੀਗਾ ਭਾਰ ਬਾਈ ਅਸੀਂ ਪਾਰਸਲ ਕਰਤਾ ਕੋਰੀਅਰ ਕੀਤਾ ਇਦਾਂ ਅੱਛਾ ਕਰਤਾ ਸੀਗਾ ਕਿਉਂਕਿ ਰਾਜਸਥਾਨ ਦਾ ਹੀ ਟੱਪਣਾ ਸੀ ਉਦੋਂ ਬਾਅਦ ਗਰਮੀ ਸਟਾਰਟ ਹੋ ਗਈ ਉੱਥੋਂ ਫਿਰ ਜਿੰਨੇ ਜੈਕਟਸ ਲਈਆਂ ਸੀ ਹੁੱਡੀਸ ਲਈਆਂ ਸੀ ਉਹ ਸਾਰੀਆਂ ਫਿਰ ਅਸੀਂ ਪਾਰਸਲ ਕੀਤੀਆਂ ਅੱਛਾ ਮੌਸਮ ਵੀ ਨਾਲ ਨਾਲ ਚੇਂਜ ਹੋ ਗਿਆ ਦਸੰਬਰ ਚ ਨਿਕਲੇ ਸੀ ਬਾਈ ਅਸੀਂ ਵਾਪਸ ਆਏ ਆ ਹੁਣ
ਅੱਛਾ ਹੁਣ ਵਾਪਸ 10 ਦਿਨ ਪਹਿਲਾਂ ਅੱਛਾ ਤੇ ਦਸੰਬਰ ਚ ਤਾਂ ਫੇਰ ਠੰਡ ਹੁੰਦੀ ਹੈ ਫੇਰ ਜਨਵਰੀ ਫਰਵਰੀ ਉਸ ਤੋਂ ਬਾਅਦ ਫੇਰ ਜਦੋਂ ਅਸੀਂ ਮੁੰਬਈ ਦੇ ਲਾਗੇ ਪਹੁੰਚ ਗਏ ਸੀਗੇ ਫੇਰ ਸਾਰੇ ਫੇਰ ਪਾਰਸਲ ਕਰਤੇ ਕੱਪੜੇ ਸਾਊਥ ਵੱਲ ਬਹੁਤ ਗਰਮੀ ਆ ਉਧਰ ਤਾਂ ਉਧਰ ਤਾਂ ਬਹੁਤ ਗਰਮੀ ਆ ਤੇ ਫੇਰ ਕੱਪੜੇ ਕੱਪੜੇ ਤਕਰੀਬਨ ਕਿੰਨੇ ਕੁ ਚਿਰਾਂ ਦੇ ਪਹਿਲਾਂ ਉੱਥੇ ਕੈਰੀ ਕਰਕੇ ਗਏ ਸੀਗੇ ਸੋਚਿਆ ਤਾਂ ਮਹੀਨੇ ਦਾ ਸੀਗਾ ਭਾਈ ਇਦਾਂ ਸੀਗੇ ਅਸੀਂ ਨਾਲ ਦੀ ਨਾਲ ਟੀ ਸ਼ਰਟਾਂ ਲੈਂਦੇ ਰਹੇ ਆ ਕਈ ਵੀਰਾਂ ਨੇ ਸੋਚਣਾ ਆ ਕਿ ਆਪਣੀ ਘਰ ਵਾਲੀ ਨਾਲ ਗੱਲ ਕਰਕੇ ਦੇਖੀਏ ਭਾਗਵਾਨ ਨੇ ਇੱਕ ਵਾਰੀ ਆਪਾਂ ਗੇੜਾ ਕੱਢ ਕੇ ਦੇਖਦੇ ਆ ਤੇ ਕੋਈ ਸਲਾਹ ਸਲੂਹ ਹੈਗੀ ਆ ਕਿ ਜੇ ਕਿਸੇ ਨੇ ਜਾਣਾ ਹੈ ਤਾਂ ਪਹਿਲਾਂ ਆਪਣਾ ਮੈਂਟੈਲਿਟੀ ਜਿਹਨੂੰ ਕਹਿ ਦਈਏ ਮੈਂਟਲੀ ਆਪਣੇ ਆਪ ਨੂੰ ਕਿਵੇਂ ਪ੍ਰਿਪੇਅਰ ਕਰਨਾ ਆ ਕਿਉਂਕਿ ਕੰਮ ਔਖਾ ਆ ਔਖਾ ਆ ਭਾਜੀ ਗੱਡੀ ਦੇ ਵਿੱਚ ਵੀ 500 ਕਿਲੋਮੀਟਰ ਸਫ਼ਰ ਕਰਨਾ ਨਾ ਬੰਦਾ ਕਹਿੰਦਾ ਘਰੋਂ ਆਹ ਚੀਜ਼ਾਂ ਚੱਕ ਕੇ ਲੈ ਜਾਓ ਜੇ ਆਪਾਂ ਸਹੀ ਸਾਈਕਲ ਤੇ ਜਾਣਾ ਉਹ ਵੀ ਇੰਨੀ ਲੰਬੇ ਸਫ਼ਰ ਦੇ ਉੱਤੇ ਤਾਂ ਕੰਮ ਔਖਾ ਆ ਔਖਾ ਆ ਭਾਜੀ ਕਈ ਵਾਰੀ ਤੁਹਾਡਾ ਮਨ ਟੁੱਟਦਾ ਸਰੀਰ ਟੁੱਟਦਾ ਤੁਹਾਨੂੰ ਫੇਰ ਆਪਣਾ ਹੌਸਲਾ ਬਿਲਡਅਪ ਕਰਨਾ ਪੈਂਦਾ ਕਈ ਵਾਰ ਇੱਕ ਦੂਜੇ ਦਾ ਹੀ ਸਾਥ ਕਹਿਣਾ ਚੱਲੀਏ ਪਿੰਡ ਨੂੰ ਹੁਣ ਬਹੁਤ ਹੋ ਗਿਆ ਹੁਣ ਸਰੀਰ ਟੁੱਟਦਾ ਆ ਫੇਰ ਇੱਕ ਦੂਜੇ ਨੂੰ ਸਾਡਾ ਹੌਸਲਾ ਸੀ ਇੱਕ ਦੂਜੇ ਦਾ ਵਧਾਉਣਾ ਵੀ ਨਹੀਂ ਆਪਾਂ ਕੁਛ ਕਾਰਨ ਨਿਕਲੇ ਹੋਵਾਂ ਰਾਤ ਨੂੰ ਸਾਡਾ ਇਹ ਸਰੀਰ ਟੁੱਟਿਆ ਹੁੰਦਾ ਸੀ ਸਵੇਰ ਨੂੰ ਫੇਰ ਉੱਠਣਾ ਸਵੇਰ ਨੂੰ ਫੇਰ ਫਰੈਸ਼ ਫੇਰ ਇੱਕ ਨਵੀਂ ਸਾਨੂੰ ਇਹ ਚੀਜ਼ ਹੋ ਗਈ ਸੀ ਬਈ ਅਸੀਂ ਸਵੇਰ ਨੂੰ ਉੱਠ ਕੇ ਇੱਕ ਨਵੀਂ ਰੋਡ ਦੇਖਣਾ ਨਵੇਂ ਬੰਦਿਆਂ ਨਾਲ ਮਿਲਣਾ ਸਾਨੂੰ ਇਹ ਚੀਜ਼ ਦਾ ਬਹੁਤ ਹੋਣ ਲੱਗ ਪਿਆ ਸੀ ਹੌਲੀ ਹੌਲੀ ਪਹਿਲਾਂ ਪਹਿਲਾਂ ਅਸੀਂ ਬਹੁਤ ਥੱਕੇ ਬਾਅਦ ਚ ਸਾਨੂੰ ਅਸੀਂ ਨਾ ਕਿਤੇ ਟੈਕੇ ਨਹੀਂ ਸੀ ਬਹਿੰਦੇ ਇੱਕ ਦਿਨ ਕਿਤੇ ਸਟੇ ਕੀਤੀ ਫਿਰ ਉੱਠ ਕੇ ਤੁਰ ਪੈਂਦੇ ਸੀ ਇੱਕ ਦਿਨ ਦੇ ਵਿੱਚ ਕਿੰਨੇ ਕਿਲੋਮੀਟਰ ਵਾਟ ਨਿਕਲਦੀ ਆ ਸਾਈਕਲ ਤੇ ਜਿੰਨੇ ਵੀ ਆਪਾਂ ਨੂੰ ਦੇਖ ਸਕਦੇ ਸਾਰੇ ਕਰ ਸਕਦੇ ਆ ਇੱਕ ਇਹ ਹੁੰਦਾ ਕਿ ਤੁਸੀਂ ਮਨ ਲਿਆ ਕੇ ਹੁਣ ਬਸ ਯਾਰ ਆਹ ਕੁਛ ਕਰਕੇ ਦਿਖਾਉਣਾ ਹੀ ਆ ਕੁਛ ਨਾ ਕੁਛ ਹਨਾ ਆਪਣੇ ਆਪ ਨਾਲ ਲੜਾਈ ਹੁੰਦੀ ਹੈ ਸਾਡੀ ਦੋਨਾਂ ਦੀ ਆਪਣੇ ਆਪ ਨਾਲ ਵੀ ਜੰਗ ਸੀਗੀ ਬਈ ਕੁਛ ਕਰਕੇ ਘਰੇ ਜਾਣਾ ਆਪਣੀ ਲੜਾਈ ਲੜੂਈ ਤਾਂ ਹੁੰਦੀ ਰਹਿੰਦੀ ਆ ਤੀਵੀਂ ਆਦਮੀ ਦੇ ਵਿੱਚ ਨਾਰਮਲ ਉਦੇ ਤਾਂ ਨਹੀਂ ਲੜਾਈ ਹੋਗੀ ਜਿਵੇਂ ਤੂੰ ਲੈ ਜਾ ਸਾਈਕਲ ਮੈਂ ਮੁੜਦੀ ਆ ਵਾਪਸ ਇਦਾਂ ਦੀ ਲੜਾਈ ਨਹੀਂ ਉਦਾਂ ਤਾਂ ਬਾਈ ਚਲੋ ਨੋਕ ਝੋਕ ਤਾਂ ਰਹਿੰਦੀ ਹੈ ਉਹ ਤਾਂ ਰਹਿਣੀ ਹੈ ਉਹ ਤਾਂ ਸਾਡੇ ਚ ਵੀ ਰਹਿੰਦੀ ਉਹ ਵਧੀਆ ਵੀ ਲੱਗਦਾ ਸਵਾਦ ਗੱਡੀ ਵੀ ਇਦਾਂ ਤੁਰਦੀ ਆ ਮਾੜੀ ਮੋਟੀ ਨੋਕ ਝੋਕ ਨਾ ਜੇ ਉਹ ਨਾ ਹੋਵੇ ਫਿਰ ਮਜ਼ਾ ਵੀ ਨਹੀਂ ਆਉਂਦਾ ਜਿੰਦਗੀ ਵਿੱਚ ਲੜਾਈ ਹੁੰਦੀ ਉਦਾਂ ਤੁਰੇ ਜਾਂਦੇ ਆ ਦੀ ਹੁੰਦੀ ਲੜਾਈ ਦਾ ਤੁਰੇ ਜਾਂਦੇ ਦੀ ਰੋਡ ਦੇ ਉੱਤੇ ਮਾੜੀ ਮੋਟੀ ਬੈਸ ਨੂੰ ਤਾਂ ਬੰਦਾ ਕਰੇ ਲੈਂਦਾ ਪਰ ਉਦਾਂ ਵਧੀਆ ਯਾਰ ਸਾਥ ਬਹੁਤ ਸੋਹਣਾ ਦਿੱਤਾ ਮੇਰਾ ਬਹੁਤ ਜ਼ਿਆਦਾ ਵੈਸੇ ਨੋਕ ਝੋਕ ਕਿਹੜੇ ਟੌਪਿਕ ਤੇ ਹੁੰਦੀ ਸੀ ਵੈਸੇ ਜੀ ਬਾਈ ਚਾਂਸ ਹੋ ਜਾਂਦੀ ਸੀਗੀ ਬਸ ਇਹ ਹੁੰਦਾ ਸੀ ਇਹਨੂੰ ਖਿੱਚ ਲਾ ਇਹਨੂੰ ਖਿੱਚ ਲਾ ਇਹਦਾ ਗੇਅਰ ਇੱਥੇ ਬਦਲ ਲਾ ਕਿਉਂਕਿ ਮੈਨੂੰ ਪਹਿਲਾਂ ਗੇਅਰਾਂ ਬਾਰੇ ਇੰਨਾ ਨਹੀਂ ਸੀ ਪਤਾ ਉਹਨੂੰ ਸਿੱਖਣ ਦੇ ਵਿੱਚ ਕਾਫੀ ਟਾਈਮ ਲੱਗਦਾ ਆ ਇਹਨੂੰ ਵੀ ਨੌਲੇਜ ਲੈਣੀ ਪੈਂਦੀ ਗੇਅਰ ਦੀ ਸਾਈਕਲ ਦੀ ਜਦੋਂ ਆਪਾਂ ਮੇਨ ਰੋਡ ਤੇ ਚਲਾਉਣਾ ਆ ਪਲੇਨ ਤੇ ਉਹਦਾ ਕੰਬੀਨੇਸ਼ਨ ਹੋਰ ਹੋਣਾ ਤੁਸੀਂ ਚੜਾਈ ਚੜਨੀ ਉਹਦਾ ਕੰਬੀਨੇਸ਼ਨ ਗੇਅਰਾਂ ਦਾ ਹੋਰ ਹੋਰ ਹੁੰਦਾ ਹੈ ਅੱਛਾ ਇਹ ਹਿਸਾਬ ਕਿਤਾਬ ਹੈਗਾ ਹੈ ਨਾ ਐਵੇਂ ਨਹੀਂ ਗੇਅਰ ਲੱਗੇ ਉਹਨੂੰ ਕੰਮ ਕਰਦੇ ਨੇ ਬਾਅਦ ਕਰਦੇ ਨੇ ਅਈ ਨਾ ਭਾਈ ਜਦੋਂ ਰਾਜਸਥਾਨ ਚ ਐਂਟਰ ਹੋਏ ਨਾ ਉਹਨਾਂ ਨੂੰ ਹੱਲੇ ਇੰਨਾ ਨਹੀਂ ਪਤਾ ਹੈਗਾ ਥੋੜੇ ਪਿਛੜਾ ਹੋ ਜਾਂਦਾ ਆ ਏਰੀਆ ਉਹਨਾਂ ਨੂੰ ਨਹੀਂ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਪਾਣੀ ਦੀ ਬੋਟਲ ਰੱਖੀ ਹੁੰਦੀ ਸੀ ਉਹਨਾਂ ਨੇ ਇਹ ਕਹਿਣਾ ਬੈਂਟਰੀ ਤੇ ਉਹ ਪਾਣੀ ਦੀ ਬੋਤਲ ਨੂੰ ਬੈਂਟਰੀ ਦੱਸ ਦਿੰਦੇ ਫਿਰ ਉਹਨਾਂ ਪਾਣੀ ਪੀ ਕੇ ਦਿਖਾ ਲੈਣਾ ਵੀ ਨਹੀਂ ਇਹ ਪਾਣੀ ਦੀ ਬੋਤਲ ਹੀ ਆ ਬੈਂਟਰੀ ਨਹੀਂ ਹੈਗੀ ਅੱਛਾ ਤੇ ਬਾਕੀ ਮੈਂ ਪੁੱਛਣਾ ਹੁਣ ਜਿਵੇਂ ਆਪਾਂ ਘਰੇ ਆਏ ਆ ਨਾ ਤੇ ਤੁਸੀਂ ਮੰਨ ਲਓ 10 ਮਹੀਨੇ ਘਰੋਂ ਬਾਹਰ ਚਲੇ ਗਏ ਹਾਂਜੀ ਤੇ ਫਿਰ ਘਰ ਦਾ ਖਰਚਾ ਇਨਕਮ ਸੋਰਸ ਇਹ ਫਿਰ ਕਿਵੇਂ ਮੈਨੇਜ ਹੋਇਆ ਤੁਹਾਡਾ ਘਰ ਦਾ ਖਰਚਾ ਕਿ ਸਾਡਾ ਖਰਚਾ ਆਪਾਂ ਦੋਨੋਂ ਲਾ ਲਈਏ ਪਿੱਛੇ ਘਰ ਦਾ ਖਰਚਾ ਤਾਂ ਸਾਡੇ ਬਾਪੂ ਨਹੀਂ ਚੱਕਦੇ ਨੇ ਉਹ ਚੱਕੀ ਜਾਂਦੇ ਨੇ ਬਾਪੂ ਨੇ ਅੱਛਾ ਉਹ ਜ਼ਿੰਦਾਬਾਦ ਅਸੀਂ ਆਪਣਾ ਖਰਚਾ ਸਾਨੂੰ ਯਾਰ ਅਸੀਂ YouTube ਤੋਂ ਵੀ ਇਨਕਮ ਹੋ ਜਾਂਦੀ ਹੈ ਥੋੜੀ ਬਹੁਤੀ ਸਾਨੂੰ ਯਾਰ 30 ਪਲੱਸ ਲੋਕ ਦੇਖਦੇ ਨੇ ਸਾਨੂੰ ਸਿਆਣੇ ਬੰਦੇ ਬਹੁਤ ਦੇਖਦੇ ਅੱਛਾ 30 ਪਲੱਸ ਉਮਰ ਦੇ ਹਿਸਾਬ ਨਾਲ ਹਾਂਜੀ ਸਾਨੂੰ ਨਿਆਣੇ ਬਹੁਤ ਘੱਟ ਦੇਖਦੇ ਨੇ ਤੇ ਸਾਨੂੰ ਉਹ ਹੀ ਬੰਦੇ ਦੇਖਦੇ ਨੇ ਜਿਹੜੇ ਸਿਆਣਪ ਨੇ ਜਿਨ੍ਹਾਂ ਨੂੰ ਸਿਆਣਪ ਹੈ ਸਾਨੂੰ ਉਹ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਬਹੁਤ ਸਬਸਕ੍ਰਾਈਬਰ ਇਦਾਂ ਦੇ ਸੀ ਜਿਹੜੇ ਮਨੀ ਤੌਰ ਤੇ ਵੀ ਪੈਸੇ ਦਿੰਦੇ ਨੇ ਹਨਾ ਤੇ ਹੁਣ ਗਾਹਾਂ ਵੀ ਇੱਕ ਬਾਈ ਆ ਉਹਨਾਂ ਨੇ ਸਾਨੂੰ ਸਾਈਕਲ ਸਪਾਂਸਰ ਕਰਨੇ ਨੇ ਸੋ ਇਦਾਂ ਬੰਦੇ ਨੇ ਬਥੇਰੀ ਹੈਲਪ ਕਰਦੇ ਨੇ ਮੈਂ ਇਹ ਚੀਜ਼ਾਂ ਦੇਖੀਆਂ ਸੀਗੀਆਂ ਕਿ ਕਾਰਵਾ ਕਹਿੰਦੇ ਹੁੰਦੇ ਨਾ ਕਿ ਬੰਦਾ ਇਕੱਲਾ ਤੁਰ ਪਵੇ ਕਾਰਵਾ ਜੁੜਦਾ ਜਾਂਦਾ ਸੁਣੀਆਂ ਸੀਗੀਆਂ ਪਰ ਜਿੱਦਣ ਅਸੀਂ ਨਿਕਲੇ ਸੀਗੇ 15 ਦਸੰਬਰ 2021 ਨੂੰ ਵਾਕਈ ਅੱਜ ਤੱਕ ਅਸੀਂ ਕਾਰਵਾ ਉਹ ਜਿਹੜਾ ਇਕੱਠਾ ਕਰ ਲਿਆ
ਸਾਡੇ ਮਗਰ ਕਾਰਵਾ ਜੁੜਦਾ ਮਗਰ ਮਗਰ ਸਾਨੂੰ ਭਾਜੀ ਬਾਹਰੋਂ ਕਿਹੜੀ ਚੀਜ਼ ਚਾਹੀਦੀ ਹੈ ਤੁਸੀਂ ਦੱਸੋ ਤੁਹਾਨੂੰ ਮਿਲੂਗੀ ਸਾਨੂੰ ਬਾਹਰੋਂ ਫੋਨ ਬਹੁਤ ਆਉਂਦੇ ਆ ਨਾ ਉਹਨਾਂ ਨੂੰ ਸਾਡੇ ਵਿੱਚ ਉਹਨਾਂ ਦੀ ਆਪਣੀ ਲਾਈਫ ਦਿਖਦੀ ਹੈ ਜਦੋਂ ਅਸੀਂ ਬਾਹਰ ਘੁੰਮਣਾ ਨਾ ਸਾਊਥ ਵੱਲ ਗਏ ਉਹ ਕਹਿੰਦੇ ਅਸੀਂ ਵੀ ਘੁੰਮ ਕੇ ਗਏ ਹਾਂ ਸਾਨੂੰ ਤੁਹਾਡੇ ਵਿੱਚ ਆਪਣਾ ਜਵਾਨੀ ਆਪਣਾ ਬਚਪਨ ਦਿਸਦਾ ਅਸੀਂ ਇਧਰ ਘੁੰਮ ਕੇ ਗਏ ਹਾਂ ਹੁਣ ਸਾਨੂੰ ਇੱਕ ਸਿਆਣੇ ਰਾਹ ਦੇ ਵਿੱਚ ਟੱਕਰੇ ਨੂੰ ਸਾਡੇ ਸਬਸਕ੍ਰਾਈਬਰ ਸੀਗੇ ਉਹ ਸਾਡੀਆਂ ਵੀਡੀਓ ਦੇਖ ਕੇ ਉਹਨਾਂ ਨੇ ਪਲਾਨ ਬਣਾਇਆ ਉਹਨਾਂ ਨੇ ਗੱਡੀ ਚੱਕੀ ਦੋਨੇ ਤੀਵੀਂ ਆਦਮੀ ਨੇ ਉਹ ਨਿਕਲ ਗਏ ਸਾਨੂੰ ਉਹ ਟੱਕਰੇ ਸੀਗੇ ਅਸੀਂ MPL ਸੀ MP ਸੀਗੇ ਫਿਰ ਬੜੀ ਖੁਸ਼ੀ ਹੁੰਦੀ ਹੈ ਕਿ ਯਾਰ ਤੁਹਾਨੂੰ ਕੋਈ ਸਿਆਣਾ ਬੰਦਾ ਤੁਹਾਨੂੰ ਦੇਖ ਰਿਹਾ ਹੈ ਨਾ ਵੀ ਉਹ ਦੇਖ ਕੇ ਤੁਹਾਡੇ ਤੋਂ ਇੰਸਪਾਇਰ ਹੋ ਕੇ ਅਗਲਾ ਗਿਆ ਹੈ ਨਾ ਕੇਰਲਾ ਨੂੰ ਸਾਨੂੰ ਵੀ ਵਧੀਆ ਲੱਗਦਾ ਸੀ ਇਹਨਾਂ ਚੀਜ਼ਾਂ ਦਾ ਤੇ ਕਾਫਲਾ ਹੌਲੀ ਹੌਲੀ ਵੱਡਾ ਹੁੰਦਾ ਜਾ ਰਿਹਾ ਹੈਨਾ ਤੇ ਹੁਣ ਜੇ ਆਪਾਂ ਗੱਲ ਕਰੀਏ ਤੇ ਹੁਣ ਤਾਂ ਆਗੇ ਘਰੇ ਟੇਕ ਕੇ ਬੈਠ ਗਏ ਆ ਕਿ ਜਾਣਾ ਹੋਰ ਕਿਤੇ ਅਜੇ ਹੁਣ ਨਹੀਂ ਟੇਕਦੇ ਜਿੱਦਾਂ ਡਰਾਈਵਰਾਂ ਨੇ ਰੋਡ ਦੀ ਲੱਤ ਲਾਈ ਜਾਂਦੀ ਹੈ ਨਾ ਏਦਾਂ ਲੱਗ ਗਏ ਹੁਣ ਨਹੀਂ ਹੁਣ ਬਾਈ ਸਾਡਾ ਨਾ ਈਸਟ ਦਾ ਪਲਾਨ ਹੈ ਜਿੱਦਾਂ ਸਿਲੀਗੁੜੀ ਅਸਾਮ ਹੈ ਫਿਰ ਮਿਜ਼ੋਰਮ ਮੇਘਾਲਿਆ ਸੈਵਨ ਸਿਸਟਰ ਹੈ ਇਹਨੂੰ ਇੱਕ ਸਾਲ ਲੱਗੂਗਾ ਪੂਰਾ ਹੁਣ ਜਦੋਂ ਗਾਹਾਂ ਮਹੀਨੇ ਜਾਂ ਦੋ ਮਹੀਨੇ ਤਾਈਂ ਨਿਕਲਾਂਗੇ ਹੁਣ ਇੱਕ ਸਾਲ ਲਈ ਨਿਕਲਾਂਗੇ ਤੇ ਫਿਰ ਈਸਟ ਪੂਰਾ ਕਰਕੇ ਆਵਾਂਗੇ ਤੇ ਉਸ ਤੋਂ ਬਾਅਦ ਫਿਰ ਲਦਾਖ ਲਾਵਾਂਗੇ ਲਦਾਖ ਦੀਆਂ ਚੋਟੀਆਂ ਵੀ ਬਹੁਤ ਸੋਹਣੀਆਂ ਨੇ 3 ਕੁ ਮਹੀਨੇ ਉਹਨੂੰ ਲੱਗਣੇ ਨੇ ਲਦਾਖ ਨੂੰ ਸਫ਼ਰ ਹੈਗਾ ਲੰਬਾ ਵੈਸੇ ਅਸੀਂ ਸੋਚਿਆ ਕਿ ਅਸੀਂ ਜਿਹੜਾ ਇਹ ਇੰਡੀਆ ਕੰਪਲੀਟ ਕਰਨਾ ਹੈ ਇੱਕ ਵਾਰੀ ਸਾਈਕਲ ਤੇ ਦੂਜੀ ਵਾਰ ਬਾਈਕ ਤੇ ਤੀਜੀ ਵਾਰ ਗੱਡੀ ਚ ਕੰਪਲੀਟ ਕਰਨਾ ਜਿਹੜੀਆਂ ਚੀਜ਼ਾਂ ਹੁਣ ਛੁੱਟ ਗਈਆਂ ਸਾਊਥ ਦੇ ਵਿੱਚ ਉਹ ਬਾਈਕ ਤੇ ਕੱਢਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਬਾਈਕ ਤੇ ਛੁੱਟ ਗਈਆਂ ਉਹ ਗੱਡੀ ਤੇ ਕੱਢਣ ਦੀ ਕੋਸ਼ਿਸ਼ ਕਰਾਂਗੇ ਇਹ ਲੱਗਦਾ ਉਹ ਓਵਰਸੀਜ਼ ਕੰਮ ਕਰੂਗੇ ਨਾ ਬਾਈ ਹੁਣ ਫੇ ਘੁੰਮਾਂਗੇ ਗਈ ਸੋਹਣੀ ਬਹੁਤ ਹੈ ਯਾਰ ਦੁਨੀਆ ਜਿਵੇਂ ਭਾਬੀ ਜੀ ਕਹਿੰਦੇ ਨੇ ਕਿ ਟਿਕ ਕੇ ਨੀ ਬਹਿਣਾ ਤੇ ਜਦੋਂ ਘਰੇ ਕਿਤੇ ਪ੍ਰਾਹੁਣੇ ਆਇਆ ਕਰਨਗੇ ਪੁੱਛਿਆ ਕਰਨਗੇ ਬਾਈ ਨੂੰਹ ਪੁੱਤ ਕਿੱਥੇ ਨੇ ਉਹ ਕਹਿਣਗੇ ਮਾੜਾ ਜਿਹਾ ਇੰਡੀਆ ਦਾ ਗੇੜਾ ਲਾਉਣ ਗਏ ਤੁਹਾਨੂੰ ਮਾਨਸ ਦਾ ਰੂਪ ਮਿਲਿਆ ਹੈ ਨਾ ਤੁਹਾਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਤੇ ਦੂਸਰਾ ਨੰਬਰ ਜਿੰਨੀ ਜ਼ਿੰਦਗੀ ਘੁੰਮ ਕੇ ਦੇਖ ਲਉਗੇ ਉਹੋ ਹੀ ਹੈ ਹੋਰ ਬਾਈ ਕੁਛ ਨਾਲ ਨੀ ਜਾਂਦਾ ਕੋਈ ਨੀ ਆਪਣੇ ਜੇਬਾਂ ਲੱਗੀਆਂ ਜੋ ਦੇਖ ਲਿਆ ਬਸ ਉਹ ਹੀ ਹੈ ਉਸ ਤੋਂ ਬਾਅਦ ਤਾਂ ਕੰਮ ਫਿਰ ਤੁਹਾਨੂੰ ਪਤਾ ਖਤਮ ਹੈ ਚਲੋ ਆਸ ਕਰਦੇ ਹਾਂ ਕਿ ਤੁਸੀਂ ਇਹਦੇ ਦੁਨੀਆ ਦੇਖਦੇ ਰਹੋ ਤੇ ਜਦੋਂ ਤੁਸੀਂ ਦੇਖ ਕੇ ਵਾਪਸ ਆਓ ਫਿਰ ਲੋਕਾਂ ਨੂੰ ਦਿਖਾ ਲਿਆ ਕਰੀਏ ਕਿ ਯਾਰ ਹੁਣ ਆਹ ਦੇਖ ਕੇ ਆਏ ਤਾਂ ਹੁਣ ਸੁਣੋ ਨਵੇਂ ਕਿੱਸੇ ਹਾਂ ਜ਼ਰੂਰ ਬਾਈ ਤੇ ਆਸ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਵੀ ਪਸੰਦ ਆਈ ਹੋਊਗੀ ਤੇ ਤੁਹਾਨੂੰ ਵੀ ਸਾਡੇ ਨਾਲ ਟਾਈਮ ਸਪੈਂਡ ਕਰਕੇ ਚੰਗਾ ਲੱਗਿਆ ਹਾਂਜੀ ਬਹੁਤ ਵਧੀਆ ਲੱਗਾ ਭਾਜੀ ਤੇ ਜਿੰਨੇ ਬਾਈ ਨੂੰ ਦੇਖਦੇ ਨੇ ਸਾਰਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਦੇਖੀ ਹੈ